So, dear students, so now let us continue with what we were doing in my previous lecture. So, just have a look. So, we were at the end of the page 57, last paragraph. I must confess at once that I do not. So, Firuki kanda ke, when we are talking about correct English, then you will ask me. If I speak correct English, ਕਹਿੰਦਾ ਕਿ ਹੁਣ ਮੈਂ ਬੋਲਦਾ ਪਿਆ ਤਾਂ ਤੁਸੀਂ ਹੋ ਸਕਦਾ ਮੈਨੂੰ ਪੁੱਛ ਲਓ ਕਿ ਡੂ ਯੂ ਸਪੀਕ ਕਰੈਕਟ ਇੰਗਲਿਸ਼ ਆਈ ਮਸਟ ਕਨਫੈਸ ਐਟ ਵੰਸ ਦੈਟ ਆਈ ਡੂ ਨੋਟ ਸੋ ਕਹਿੰਦਾ ਕਿ ਮੈਂ ਹੁਣ ਹੀ ਤੁਹਾਨੂੰ ਦੱਸ ਦਿੰਦਾ ਕਿ ਮੈਂ ਤਾਂ ਬਿਲਕੁਲ ਵੀ ਕਰੈਕਟ ਇੰਗਲਿਸ਼ ਨਹੀਂ ਬੋਲਦਾ ਨੋ ਬਟ ਇਟ ਡਜ਼ ਕਹਿੰਦਾ ਤਾਂ ਕੋਈ ਬੋਲਦਾ ਹੀ ਨਹੀਂ ਹੈ ਆਈ ਐਮ ਐਟ ਪ੍ਰੈਜੈਂਟ ਸਪੀਕਿੰਗ ਟੂ ਐਨ ਆਡੀਅੰਸ ਆਫ ਮੈਨੀ ਥਾਊਜੈਂਡਸ ਆਫ ਗ੍ਰੈਮੋਫੋਨਿਸਟਸ ਨਾ ਗ੍ਰੈਮੋਫੋਨਿਸਟ ਤੁਹਾਡੇ ਬੈਕ 'ਤੇ ਵੀ ਜਿੱਥੇ ਚੈਪਟਰ ਐਂਡ ਹੁੰਦਾ ਉੱਥੇ ਵੀ ਲਿਖਿਆ ਹੋਇਆ ਬੇਟਾ ਗ੍ਰੈਮੋਫੋਨਿਸਟ ਕੌਣ ਹੁੰਦੇ ਜਿਹੜੇ ਕਿ ਸੁਣਨ ਵਾਲੇ ਰੇਡੀਓ ਸੁਣਨ ਵਾਲੇ ਫੋਰ ਐਗਜ਼ਾਮਪਲ ਜਿੱਦਾਂ ਹੁਣ ਇਹ ਜਿਹੜੀ ਟੋਕ ਦੇ ਰਿਹਾ ਜਿਹੜੇ ਵੀ ਇਹਨੂੰ ਸੁਣਦੇ ਪਏ ਆ ਉਹ ਕੌਣ ਹੈ ਗ੍ਰੈਮੋਫੋਨਿਸਟ ਮੈਨੀ ਆਫ ਦੈਮ ਆਰ ਟਰਾਇੰਗ ਹਾਰਡ ਟੂ ਫੋਲੋ ਵਰਡਸ ਸਿਲੇਬਲ ਬਾਏ ਸਿਲੇਬਲ ਸੋ ਕਹਿੰਦਾ ਹੁਣ ਤੁਸੀਂ ਮੈਨੂੰ ਸੁਣ ਰਹੇ ਹੋ ਸਾਰੇ ਜਣੇ ਔਰ ਇਸ ਵੇਲੇ ਕਿੰਨੇ ਹੀ ਹਜ਼ਾਰਾਂ 'ਚ ਸੁਣ ਰਹੇ ਹੋਵੋਗੇ ਮੇਰੀ ਟੋਕ ਨੂੰ ਔਰ ਮੈਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਫ ਆਈ ਵਰ ਟੂ ਸਪੀਕ ਟੂ ਯੂ ਐਜ਼ ਕੇਅਰਲੈਸਲੀ ਐਜ਼ ਆਈ ਸਪੀਕ ਟੂ ਮਾਈ ਵਾਈਫ ਐਟ ਹੋਮ ਦਿਸ ਰਿਕਾਰਡ ਵੁੱਡ ਬੀ ਯੂਜ਼ਲੈਸ ਪਰ ਕਹਿੰਦਾ ਕਿ ਜੇ ਤੁਸੀਂ ਸਪੋਜ਼ ਮੈਂ ਜੇ ਬਿਲਕੁਲ ਉੱਦਾਂ ਬੋਲਾਂ ਜਿੱਦਾਂ ਮੈਂ ਘਰ ਬੋਲਦਾ ਤਾਂ ਫਿਰ ਕਹਿੰਦਾ ਜਿਹੜਾ ਅਸੀਂ ਸਾਰਾ ਰਿਕਾਰਡਿੰਗ ਕੀਤੀ ਹੈ ਰੇਡੀਓ ਟੋਕ ਦੀ ਉਹ ਕੀ ਹੋ ਜਾਊਗੀ ਉਹ ਯੂਜ਼ਲੈਸ ਹੋ ਜਾਊਗੀ ਕਿਉਂ ਕਿਉਂਕਿ ਵੀ If I speak the same way as I speak at home, then I will not make any sense to you. So, ਹੁਣ ਉਹ ਕੀ ਇੱਥੇ ਕੀ ਗੱਲ ਦੱਸਣ ਲੱਗਿਆ ਤੁਹਾਨੂੰ ਕਿ ਸਾਡੇ ਕੰਪਨੀ ਮੈਨਰਸ ਹੋਰ ਹੁੰਦੇ ਕੰਪਨੀ ਮੈਨਰਸ ਮੀਨਸ ਜਦੋਂ ਅਸੀਂ ਲੋਕਾਂ ਦੇ ਵਿੱਚ ਬੈਠੇ ਹੁੰਦੇ ਹਾਂ ਤਦ ਅਸੀਂ ਹੋਰ ਤਰ੍ਹਾਂ ਗੱਲ ਕਰਦੇ ਹਾਂ ਅਤੇ ਜਦੋਂ ਅਸੀਂ ਘਰ ਬੈਠੇ ਹੁੰਦੇ ਹਾਂ ਉਦੋਂ ਅਸੀਂ ਹੋਰ ਤਰ੍ਹਾਂ ਗੱਲ ਕਰਦੇ ਹਾਂ ਸੋ ਦਿਸ ਇਜ਼ ਆਈ ਥਿੰਕ ਦਿਸ ਇਜ਼ ਆਲਸੋ ਵੈਰੀ ਈਜ਼ੀ ਟੂ ਅੰਡਰਸਟੈਂਡ ਔਰ ਜੇ ਸੋਚ ਕੇ ਦੇਖੋ ਤਾਂ ਆਪਾਂ ਸਾਰੇ ਹੀ ਇੱਦਾਂ ਕਰਦੇ ਹਾਂ ਹੁਣ ਦੇਖੋ ਅੱਗੇ ਸੋ ਇਫ ਆਈ ਵਰ ਹੁਣ ਨੈਕਸਟ ਪੇਜ 'ਤੇ ਆ ਜਾਓ ਪੇਜ ਨੰਬਰ 58 ਸੋ ਦੇਖੋ ਸ਼ੁਰੂ ਵਿੱਚ ਹੀ ਦੇਖੋ ਇਫ ਆਈ ਵਰ ਟੂ ਸਪੀਕ ਟੂ ਮਾਈ ਵਾਈਫ ਐਟ ਹੋਮ ਐਜ਼ ਕੇਅਰਫੁਲੀ ਐਜ਼ ਆਈ ਐਮ ਸਪੀਕਿੰਗ ਟੂ ਯੂ ਸ਼ੀ ਵੁੱਡ ਥਿੰਕ ਦੈਟ ਆਈ ਵਾਜ਼ ਗੋਇੰਗ ਮੈਡ ਸੋ ਕਹਿੰਦਾ ਕਿ ਹੁਣ ਜਿੱਦਾਂ ਮੈਂ ਰੇਡੀਓ 'ਚ ਬੋਲ ਰਿਹਾ ਤਾਂ ਬੜੇ ਧਿਆਨ ਨਾਲ ਬੋਲਦਾ ਪਿਆ ਪਰ ਜੇ ਮੈਂ ਬਿਲਕੁਲ ਉੱਦਾਂ ਹੀ ਬੋਲਾਂ ਜਿੱਦਾਂ ਕਿ ਮੈਂ ਆਪਣੀ ਵਾਈਫ ਨਾਲ ਘਰ ਬੋਲਦਾ ਤਾਂ ਤੁਸੀਂ ਮੈਨੂੰ ਸਮਝ ਨਾ ਸਕੋ ਇਸੇ ਤਰ੍ਹਾਂ ਦੇ ਨਾਲ ਉਹ ਕੀ ਕਹਿੰਦਾ ਕਿ ਜਿੱਦਾਂ ਮੈਂ ਹੁਣ ਤੁਹਾਡੇ ਨਾਲ ਗੱਲ ਕਰਦਾ ਮੈਂ ਜੇ ਇੱਦਾਂ ਹੀ ਬਿਲਕੁਲ ਆਪਣੀ ਵਾਈਫ ਨਾਲ ਬੋਲਾਂ ਤਾਂ ਉਹ ਕੀ ਸੋਚੂਗੀ ਕਿ ਇਹ ਪਾਗਲ ਹੋ ਰਿਹਾ ਕਿ ਕਿੱਦਾਂ ਅਜੀਬ ਤਰ੍ਹਾਂ ਨਾਲ ਗੱਲ ਕਰਦਾ ਪਿਆ ਸੋ ਵਾਟ ਹੀ ਮੀਨਸ ਟੂ ਟੈਲ ਅਸ ਇਜ਼ ਦੈਟ ਆਵਰ ਕੰਪਨੀ ਸਪੀਚ ਸੰਗਤ ਵੀ ਜਦੋਂ ਅਸੀਂ ਬੈਠੇ ਹੁੰਦੇ ਉਹ ਸਪੀਚ ਸਾਡੀ ਹੋਰ ਹੁੰਦੀ ਹੈ ਅਤੇ ਸਾਡੀ ਜਦੋਂ ਅਸੀਂ ਘਰਦਿਆਂ ਨਾਲ ਗੱਲ ਕਰਦੇ ਹਾਂ ਉਹ ਸਾਡੀ ਸਪੀਚ ਹੋਰ ਹੁੰਦੀ ਹੈ ਸਿਰਫ ਸਪੀਚ ਦੀ ਗੱਲ ਹੀ ਨਹੀਂ ਹੈ ਇਹਦੇ ਵਿੱਚ ਉਹ ਅੱਗੇ ਜਾ ਕੇ ਕੀ ਦੱਸੇਗਾ ਕਿ ਸਾਡੇ ਸਾਰੇ ਤੌਰ ਤਰੀਕੇ ਹੀ ਬਦਲ ਜਾਂਦੇ ਹੈ ਜਦੋਂ ਅਸੀਂ ਲੋਕਾਂ ਦੇ ਵਿੱਚ ਬੈਠੇ ਹੁੰਦੇ ਹਾਂ ਖਾਸ ਤੌਰ 'ਤੇ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਨਾਲ ਨਹੀਂ ਜਾਣਦੇ ਜਦੋਂ ਅਸੀਂ ਉਹਨਾਂ ਵਿੱਚ ਬੈਠੇ ਹੁੰਦੇ ਹਾਂ ਸਾਡੇ ਬੈਠਣ ਦਾ ਢੰਗ ਸਾਡੇ ਖਾਣ ਦਾ ਢੰਗ ਹੀ ਹੋਰ ਹੁੰਦਾ ਅਤੇ ਜਦੋਂ ਅਸੀਂ ਬਿਲਕੁਲ ਆਪਣੇ ਨੇੜੇ ਦਿਆਂ ਦੇ ਨਾਲ ਬੈਠੇ ਹੁੰਦੇ ਹਾਂ ਸਾਡਾ ਗੱਲ ਕਰਨ ਦਾ ਸਟਾਈਲ ਸਾਡਾ ਬੈਠਣ ਦਾ ਸਟਾਈਲ ਖਾਣ ਪੀਣ ਦਾ ਸਟਾਈਲ ਤੁਰਨ ਦਾ ਸਟਾਈਲ ਉਹ ਸਾਰੇ ਹੀ ਬਦਲ ਜਾਂਦੇ ਆ ਇਹ ਉਹ ਕਹਿ ਰਿਹਾ ਦੇਖੋ ਹੁਣ ਨੈਕਸਟ ਪੈਰਾ ਐਜ਼ ਅ ਪਬਲਿਕ ਸਪੀਕਰ ਆਈ ਹੈਵ ਟੂ ਟੇਕ ਕੇਅਰ ਦੈਟ ਐਵਰੀ ਵਰਡ ਆਈ ਸੇ ਇਜ਼ ਹਰਡ ਡਿਸਟਿੰਕਟਲੀ ਐਟ ਦ ਫਾਰ ਐਂਡ ਆਫ ਲਾਰਜ ਹਾਲਸ ਕੰਟੇਨਿੰਗ ਥਾਊਜੈਂਡਸ ਆਫ ਪੀਪਲ ਸੋ ਕਹਿੰਦਾ ਕਿ ਹੁਣ ਤਾਂ ਮੈਂ ਚਲੋ ਰੇਡੀਓ 'ਤੇ ਬੋਲਦਾ ਪਿਆ ਪਰ ਜਿੱਦਾਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਹੀ ਇਜ਼ ਅ ਵੈਰੀ ਨੋਨ ਪਬਲਿਕ ਸਪੀਕਰ ਇੱਕ ਬਹੁਤ ਵਧੀਆ ਬੁਲਾਰਾ ਸੋ ਕੀ ਕਹਿੰਦਾ ਕਿ ਜਦੋਂ ਮੈਂ ਐਜ਼ ਅ ਪਬਲਿਕ ਸਪੀਕਰ ਕਹਿੰਦਾ ਜਦੋਂ ਮੈਂ ਬੜੇ ਵੱਡੇ ਵੱਡੇ ਹਾਲਸ ਵਿੱਚ ਲੋਕਾਂ ਨਾਲ ਗੱਲ ਕਰਦਾ ਹੈਗਾ ਮੈਨੂੰ ਬੁਲਾਇਆ ਜਾਂਦਾ ਹੈ ਮੈਂ ਬਹੁਤ ਵਧੀਆ ਬੁਲਾਰਾ ਹੈਗਾ ਸੋ ਕਹਿੰਦਾ ਜਦੋਂ ਮੈਂ ਉੱਥੇ ਗੱਲ ਕਰਦਾ ਤਾਂ ਮੈਂ ਬਹੁਤ ਧਿਆਨ ਨਾਲ ਕਰਦਾ ਕਿਉਂ ਕਿਉਂਕਿ ਮੈਨੂੰ ਪਤਾ ਹੁੰਦਾ ਕਿ ਹਾਲ ਦੇ ਵਿੱਚ ਕਿੰਨੇ ਹੀ ਲੋਕ ਬੈਠੇ ਹੋਏ ਹੈ ਔਰ ਮੈਂ ਮੇਰੀ ਕੋਸ਼ਿਸ਼ ਕੀ ਹੁੰਦੀ ਹੈ ਕਿ ਮੇਰੀ ਜਿਹੜੀ ਗੱਲ ਹੈ ਉਹ ਬੜੀ ਕਲੀਅਰਲੀ ਐਂਡ ਵਾਲੇ ਜਿੱਥੇ ਅਖੀਰ ਹੁੰਦਾ ਹਾਲ ਦਾ ਉੱਥੇ ਵੀ ਬੈਠੇ ਬੰਦੇ ਤੱਕ ਪਹੁੰਚੇ ਸੋ ਕਹਿੰਦਾ ਇਸ ਕਰਕੇ ਮੈਂ ਬੜੀ ਹੀ ਧਿਆਨ ਨਾਲ ਗੱਲ ਕਰਦਾ ਬਟ ਐਟ ਹੋਮ ਵੈਨ ਆਈ ਹੈਵ ਟੂ ਕੰਸੀਡਰ ਓਨਲੀ ਮਾਈ ਵਾਈਫ ਸਿਟਿੰਗ ਵਿਦ ਇਨ 6 feet ਆਫ ਮੀ ਐਟ ਬ੍ਰੈਕਫਾਸਟ ਔਰ ਕਹਿੰਦਾ ਘਰ ਕੀ ਹੈਗਾ ਕਿ ਮੇਰੀ ਵਾਈਫ ਬੇਸ਼ੱਕ ਖਾਣੇ ਦੇ ਟੇਬਲ 'ਤੇ ਮੇਰੇ ਨਾਲੋਂ 6 feet ਦੀ ਦੂਰੀ 'ਤੇ ਬੈਠੀ ਹੁੰਦੀ ਹੈ ਉਦੋਂ ਵੀ ਕਹਿੰਦਾ ਮੈਂ ਕੀ ਕਰਦਾ ਆਈ ਸਪੀਕ ਵੈਰੀ ਕੇਅਰਲੈਸਲੀ
ਔਰ ਕਹਿੰਦਾ ਇੱਥੇ ਮੈਂ ਇੰਨੇ ਹਜ਼ਾਰਾਂ ਦੇ ਲੋਕਾਂ ਦੇ ਸਾਹਮਣੇ ਜਦੋਂ ਬੋਲਦਾ ਤਾਂ ਬੜੇ ਧਿਆਨ ਨਾਲ ਬੋਲਦਾ, ਔਰ ਉੱਥੇ ਇੱਕ ਬੰਦੇ ਦੇ ਸਾਹਮਣੇ ਮੈਂ ਬੜੀ ਕੇਅਰਲੈਸਲੀ ਬੋਲਦਾ। ਸੋ ਆਈ ਟੇਕ ਸੋ ਲਿਟਲ ਪੇਨਸ ਵਿਦ ਮਾਈ ਸਪੀਚ ਦੈਟ ਵੈਰੀ ਔਫਨ ਇਨਸਟੈਡ ਆਫ ਗਿਵਿੰਗ ਮੀ ਦ ਐਕਸਪੈਕਟਿਡ ਆਂਸਰ ਸ਼ੀ ਸੇਜ਼ ਡੋਂਟ ਮੰਬਲ ਐਂਡ ਡੋਂਟ ਟਰਨ ਯੋਰ ਹੈੱਡ ਅਵੇ ਵੈਨ ਯੂ ਸਪੀਕ। ਸੋ ਕਹਿੰਦਾ ਕਈ ਵਾਰੀ ਮੈਂ ਉਹਨੂੰ ਜਦੋਂ ਕੁਛ ਪੁੱਛਦਾ ਤਾਂ ਬਜਾਏ ਕਿ ਜਵਾਬ ਦੇਣ ਦੇ ਉੱਗੇ ਉਹਦੇ ਮੈਨੂੰ ਕੀ ਕਹਿੰਦੀ ਹੈ ਕਿ ਮੂੰਹ 'ਚ ਨਾ ਬੋਲ ਅਤੇ ਇੱਕ ਤੂੰ ਗੱਲ ਕਰਦਾ ਹੋਇਆ ਦੂਜੇ ਪਾਸੇ ਕਿਉਂ ਦੇਖਦਾ ਐਂਡ ਡੋਂਟ ਟਰਨ ਯੋਰ ਹੈੱਡ ਅਵੇ ਵੈਨ ਯੂ ਸਪੀਕ ਆਈ ਕਾਂਟ ਹੀਅਰ ਅ ਵਰਡ ਯੂ ਆਰ ਸੇਇੰਗ। ਸੋ ਕੀ ਕਹਿੰਦੀ ਹੈ ਮੈਨੂੰ ਅੱਗੇ ਉਹਦੀ ਕੀ ਕਹਿੰਦੀ ਵੀ ਮੈਨੂੰ ਨਹੀਂ ਸੁਣਦਾ ਪਿਆ, ਇੱਕ ਤਾਂ ਮੂੰਹ 'ਚ ਨਾ ਬੋਲ। ਸੋ ਦਿਸ ਇਜ਼ ਸਮਥਿੰਗ ਵੈਰੀ ਕੋਮਨ। ਤੁਸੀਂ ਘਰ ਕਦੀ ਸਵੇਰੇ ਤਿਆਰ ਹੋ ਰਹੇ ਹੁੰਦੇ ਹੋ, ਤੁਸੀਂ ਅਲਮਾਰੀ ਦੇ ਵਿੱਚ ਮੂੰਹ ਕੀਤਾ ਹੁੰਦਾ ਅਤੇ ਤੁਸੀਂ ਆਵਾਜ਼ਾਂ ਮਾਰ ਰਹੇ ਹੁੰਦੇ ਹੋ ਮਦਰ ਨੂੰ, ਕਿੱਥੇ ਮੇਰੀ ਸ਼ਰਟ, ਕਿੱਥੇ ਗਈ, ਕਿੱਥੇ। ਔਰ ਨੈਚੁਰਲੀ ਯੂ ਡੂ ਨੋਟ ਟੇਕ ਪੇਨਸ, ਕੋਈ ਤੁਸੀਂ ਕੋਸ਼ਿਸ਼ ਨਹੀਂ ਕਰਦੇ ਕਿ ਤੁਹਾਡੀ ਜਿਹੜੀ ਗੱਲ ਹੈ ਬਿਲਕੁਲ ਤੁਹਾਡੀ ਮਾਂ ਤੱਕ ਪਹੁੰਚੇ। ਕਈ ਵਾਰੀ ਤੁਸੀਂ ਦੂਜੇ ਪਾਸੇ ਮੂੰਹ ਕੀਤਾ ਹੁੰਦਾ। ਸੋ ਵੀ ਸਪੀਕ ਵੈਰੀ ਕੇਅਰਲੈਸਲੀ ਵੈਨ ਵੀ ਆਰ ਐਟ ਹੋਮ। ਸੋ ਇਹ ਦਿਸ ਇਜ਼ ਟਰੂ ਆਫ ਐਵਰੀ ਵਨ। ਸੋ ਅਸੀਂ ਵੀ ਆਰ ਵੈਰੀ ਕੇਅਰਲੈਸ। ਸੋ ਕਹਿੰਦਾ ਮੈਂ ਵੀ ਬੜੀ ਕੇਅਰਲੈਸਲੀ ਗੱਲ ਕਰਦਾ ਐਂਡ ਸ਼ੀ ਆਲਸੋ ਇਜ਼ ਅ ਲਿਟਲ ਕੇਅਰਲੈਸ। ਔਰ ਉਹ ਵੀ ਜਦੋਂ ਮੇਰੇ ਨਾਲ ਗੱਲ ਕਰਦੀ ਹੈ ਉਹ ਵੀ ਲਾਪਰਵਾਹੀ ਨਾਲ, ਕਿਉਂਕਿ ਬਹੁਤ ਵਾਰੀ ਅਸੀਂ ਇੱਦਾਂ ਹੀ ਗੱਲ ਸ਼ੁਰੂ ਕਰ ਦਿੰਦੇ ਹਾਂ। ਸੋ ਸਮਟਾਈਮਸ ਆਈ ਹੈਵ ਟੂ ਸੇ ਵੋਟ ਟੂ ਔਰ ਥਰੀ ਟਾਈਮਸ ਡਿਊਰਿੰਗ ਆਵਰ ਮੀਲ। ਸੋ ਕਹਿੰਦੇ ਅਸੀਂ ਖਾਣਾ ਖਾ ਰਹੇ ਹੁੰਦੇ ਹਾਂ, ਉਹ ਕਈ ਵਾਰੀ ਜਦੋਂ ਕੁਛ ਪੁੱਛਦੀ ਹੈ ਮੈਨੂੰ ਜਾਂ ਗੱਲ ਕਰਦੀ ਹੈ ਤਾਂ ਕਹਿੰਦਾ ਉਹ ਇੰਨੀ ਲਾਪਰਵਾਹੀ ਨਾਲ ਕਰਦੀ, ਕਦੀ ਦੂਜੇ ਪਾਸੇ ਮੂੰਹ ਕਰਕੇ ਕਰਦੀ ਹੈ ਜਾਂ ਕੇਅਰਲੈਸਲੀ ਕਰਦੀ ਹੈ, ਜਿਹਦੇ ਕਰਕੇ ਕਿ ਮੈਨੂੰ ਵੀ ਕਈ ਵਾਰੀ ਦੋ ਤਿੰਨ ਵਾਰੀ ਕੀ ਪੁੱਛਣਾ ਪੈਂਦਾ ਵੋਟ ਐਂਡ ਸ਼ੀ ਸਸਪੈਕਟਸ ਮੀ ਆਫ ਗਰੋਇੰਗ ਡੈਫਰ ਐਂਡ ਡੈਫਰ। ਔਰ ਕਹਿੰਦੇ ਉਹ ਉਲਟਾ ਮੈਨੂੰ ਕੀ ਕਹਿੰਦੀ ਹੈ, ਮੇਰੇ ਵੱਲ ਇੱਦਾਂ ਦੇਖਦੀ ਹੈ ਜਿੱਦਾਂ ਕਿ ਮੈਂ ਏਜ ਦੇ ਨਾਲ ਮੇਰਾ ਸੁਣਨ ਦੀ ਸ਼ਕਤੀ ਕੀ ਹੋ ਰਹੀ ਹੈ, ਘੱਟ ਹੋ ਰਹੀ ਹੈ। ਔਰ ਮੈਨੂੰ ਕੀ ਉਹਨੂੰ ਸ਼ੱਕ ਹੁੰਦਾ ਕਿ ਇਹ ਤਾਂ ਬੋਲਾ ਹੁੰਦਾ ਜਾ ਰਿਹਾ ਜਿੱਦਾਂ ਜਿੱਦਾਂ ਇਹਦੀ ਉਮਰ ਵੱਧ ਰਹੀ ਹੈ। ਦੋ ਸ਼ੀ ਡਜ਼ ਨੋਟ ਸੇ ਸੋ ਬਿਕੋਜ਼ ਐਜ਼ ਆਈ ਐਮ ਨਾਓ ਓਵਰ 70 ਇਟ ਮਾਈਟ ਬੀ ਟਰੂ। ਸੋ ਕਹਿੰਦਾ ਕਿ ਮੂੰਹ 'ਤੇ ਤਾਂ ਨਹੀਂ ਕਹਿੰਦੀ ਪਰ ਇੱਦਾਂ ਮੇਰੇ ਵੱਲ ਦੇਖਦੀ ਹੈ ਜਿੱਦਾਂ ਕਿ, ਔਰ ਮੈਨੂੰ ਵੀ ਲੱਗਦਾ ਕਿ ਸ਼ਾਇਦ ਮੈਂ ਹੁਣ 70 ਸਾਲ ਦਾ ਤਾਂ ਹੋ ਗਿਆ, ਸ਼ਾਇਦ ਵਾਕਈ ਮੇਰੀ ਜਿਹੜੀ ਸੁਣਨ ਦੀ ਸ਼ਕਤੀ ਹੈ ਸ਼ਾਇਦ ਉਹ ਘੱਟ ਗਈ ਹੈ। ਸੋ ਹੁਣ ਤੁਸੀਂ ਇੰਨਾ ਸੁਣ ਲਿਆ ਹੈਗਾ ਬੇਟਾ, ਹੁਣ ਤੁਹਾਨੂੰ ਕੀ ਲੱਗਦਾ ਕਿ ਕੀ ਵਾਕਈ ਉਹਦੀ ਸੁਣਨ ਦੀ ਸ਼ਕਤੀ ਘਟੀ ਹੈ ਕਿ ਉਹਦੀ ਵਾਈਫ ਕੇਅਰਲੈਸਲੀ ਬੋਲਦੀ ਹੈ। ਸੋ ਇਹਦੇ ਵਿੱਚ ਕੀ ਹੈ ਕਿ ਵਾਕਈ ਅਸੀਂ ਜਦੋਂ ਘਰ ਹੁੰਦੇ ਹਾਂ ਵੀ ਸਪੀਕ ਵੈਰੀ ਕੇਅਰਲੈਸਲੀ। ਫੋਰ ਐਗਜ਼ਾਮਪਲ, ਜਿਸ ਤਰ੍ਹਾਂ ਆਈ ਜਸਟ ਗਿਵ ਯੂ ਐਨ ਐਗਜ਼ਾਮਪਲ ਕਿ ਸਪੋਜ਼ ਤੁਸੀਂ ਸਵੇਰੇ ਸਵੇਰੇ ਜਦੋਂ ਘਰ ਤੋਂ ਆਏ ਤਾਂ ਲਾਈਟ ਗਈ ਹੋਈ ਸੀ, ਤੁਸੀਂ ਬੜੀ ਮੁਸ਼ਕਿਲ ਦੇ ਨਾਲ ਆਪਣਾ ਕੋਈ ਕੱਪੜੇ ਤਿਆਰ ਕੀਤੇ ਜਾਂ ਸਭ ਕੁਛ ਹੀ ਤੁਹਾਡਾ ਅਪਸੈਟ ਹੋ ਗਿਆ, ਔਰ ਗਰਮੀ ਦੇ ਦਿਨ ਹੈ, ਇਮੈਜਿਨ ਕਰੋ। ਹੁਣ ਤੁਸੀਂ ਜਾਂਦੇ ਸਰ ਜਦੋਂ ਘਰ ਜਾਓਗੇ ਤਾਂ ਤੁਸੀਂ ਜਾਂਦੇ ਸਰ ਕੀ ਪੁੱਛੋਗੇ, ਆਈ ਨਾ ਵੋਟ ਆਈ, ਆਈ ਦਾ ਮਤਲਬ ਕੀ ਹੈ, ਤੁਸੀਂ ਕੀ ਪੁੱਛ ਰਹੇ ਹੋ, ਬਿਜਲੀ ਆਈ। ਔਰ ਤੁਹਾਨੂੰ ਉਹਦੇ ਵਿੱਚ ਕੋਈ ਵੀ ਤੁਸੀਂ ਇਹ ਨਹੀਂ ਲਗਾਇਆ ਕਿ ਤੁਸੀਂ ਇਹ ਨਹੀਂ ਕਹਿੰਦੇ ਕਿ ਸਵੇਰੇ ਲਾਈਟ ਗਈ ਹੋਈ ਸੀ ਕਿ ਉਹ ਆ ਗਈ ਹੈ। ਸੋ ਵੀ ਸਪੀਕ ਵੈਰੀ ਕੇਅਰਲੈਸਲੀ ਜਦੋਂ ਅਸੀਂ ਆਪਣੇ ਘਰ ਦੇ ਮੈਂਬਰਸ ਨਾਲ ਹੁੰਦੇ ਹਾਂ, ਬਹੁਤ ਨੇੜੇ ਦੇ ਫਰੈਂਡਸ ਨਾਲ ਹੁੰਦੇ ਹਾਂ। ਸੋ ਇਹੀ ਉਹ ਗੱਲ ਕਰ ਰਿਹਾ ਕਿ ਅਸੀਂ ਬੜੀ ਕੇਅਰਲੈਸਲੀ ਗੱਲ ਕਰਦੇ ਹਾਂ। ਹੁਣ ਤੁਸੀਂ ਜਾ ਕੇ ਕਹੋਗੇ ਆਈ ਜਾਂ ਕਿੰਨੇ ਵਜੇ ਆਈ, ਤਾਂ ਹੋ ਸਕਦਾ ਤੁਹਾਡੇ ਇੱਕਦਮ ਤੁਹਾਡਾ ਬ੍ਰਦਰ ਜਾਂ ਸਿਸਟਰ ਜਾਂ ਤੁਹਾਡੇ ਜਿਹੜੇ ਪੇਰੈਂਟਸ ਆ ਤੁਹਾਡੀ ਗੱਲ ਨੂੰ ਕੈਚ ਕਰ ਲੈਣ, ਸਮਝ ਜਾਣ, ਪਰ ਹੋ ਸਕਦਾ ਵੀ ਉਹ ਭੁੱਲੇ ਬੈਠੇ ਹੋਣ ਵੀ ਲਾਈਟ ਗਈ ਸੀਗੀ, ਫਿਰ ਉਹ ਕੀ ਕਹਿਣਗੇ ਕੀ ਚੀਜ਼। ਕਲੀਅਰ, ਔਰ ਤੁਸੀਂ ਖਿਜੋਗੇ ਵੀ ਸਵੇਰੇ ਤਾਂ ਮੈਂ ਇੰਨਾ ਪਰੇਸ਼ਾਨ ਹੋ ਕੇ ਗਿਆ ਤਾਂ ਇਹਨਾਂ ਨੂੰ ਯਾਦ ਵੀ ਨਹੀਂ ਹੈ। ਸੋ ਐਨੀ ਹਾਓ ਵੋਟ ਆਈ ਐਮ ਟਰਾਇੰਗ ਟੂ ਸੇਜ਼ ਦੈਟ ਵੀ ਸਪੀਕ ਵੈਰੀ ਕੇਅਰਲੈਸਲੀ ਜਦੋਂ ਅਸੀਂ ਨੇੜੇ ਦੇ ਲੋਕਾਂ ਦੇ ਨਾਲ ਗੱਲ ਕਰਦੇ ਹਾਂ, ਖਾਸ ਤੌਰ 'ਤੇ ਫੈਮਿਲੀ ਮੈਂਬਰਸ ਦੇ ਨਾਲ। ਸੋ ਹੁਣ ਅਗਲਾ ਪੈਰਾ ਦੇਖੋ, ਛੋਟਾ ਜਿਹਾ ਜਿਹੜਾ, ਨੋ ਡਾਊਟ ਆਈ ਓਟ ਟੂ ਸਪੀਕ ਟੂ ਮਾਈ ਵਾਈਫ ਐਜ਼ ਕੇਅਰਫੁਲੀ ਐਜ਼ ਆਈ ਸ਼ੁੱਡ ਸਪੀਕ ਟੂ ਅ ਕੁਈਨ। ਸੋ ਕਹਿੰਦਾ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਘਰਦਿਆਂ ਨੂੰ ਵੀ ਸਾਨੂੰ ਓਨੀ ਇੰਪੋਰਟੈਂਸ ਦੇਣੀ ਚਾਹੀਦੀ ਹੈ ਜਿੰਨੀ ਕਿ ਅਸੀਂ ਬਾਹਰਲੇ ਲੋਕਾਂ ਨੂੰ ਦਿੰਦੇ ਹਾਂ। ਸੋ ਆਪਣੀ ਵਾਈਫ ਨਾਲ ਵੀ ਮੈਨੂੰ ਕਿੱਦਾਂ ਗੱਲ ਕਰਨੀ ਚਾਹੀਦੀ ਹੈ ਜਿੱਦਾਂ ਕਿ ਮੈਂ ਕਿਸੇ ਮਹਾਰਾਣੀ ਨਾਲ ਕਰਦਾ, ਐਂਡ ਸ਼ੀ ਟੂ ਮੀ ਐਜ਼ ਕੇਅਰਫੁਲੀ ਐਜ਼ ਸ਼ੀ ਵੁੱਡ ਸਪੀਕ ਟੂ ਅ ਕਿੰਗ। ਔਰ ਇਸੇ ਤਰ੍ਹਾਂ ਦੇ ਨਾਲ ਉਹਨੂੰ ਵੀ ਮੇਰੇ ਨਾਲ ਕਿੱਦਾਂ ਗੱਲ ਕਰਨੀ ਚਾਹੀਦੀ ਹੈ ਜਿੱਦਾਂ ਕਿ ਮੈਂ ਕੋਈ ਮਹਾਰਾਜਾ ਹੈਗਾ। ਸੋ ਕਹਿੰਦਾ ਕਰਨਾ ਚਾਹੀਦਾ, ਵੀ ਔਟ ਟੂ। ਸੋ ਹੋਣਾ ਤਾਂ ਇੱਦਾਂ ਹੀ ਚਾਹੀਦਾ ਕਿ ਘਰਦਿਆਂ ਨਾਲ ਵੀ ਅਸੀਂ ਬੜੀ ਕੇਅਰਫੁਲੀ ਗੱਲ ਕਰੀਏ, ਬਟ ਵੀ ਡੋਂਟ। ਪਰ ਕਹਿੰਦਾ ਅਸੀਂ ਇੱਦਾਂ ਕਰਦੇ ਨਹੀਂ। ਸੋ ਇਹ ਤੁਸੀਂ ਵੀ ਆਪਣਾ ਸੋਚ ਕੇ ਦੇਖ ਲਓ, ਵੀ ਸਪੀਕ ਵੈਰੀ ਕੇਅਰਲੈਸਲੀ। ਡੋਂਟ ਬਾਏ ਦ ਵੇ ਇਜ਼ ਸ਼ੋਰਟ ਫੋਰ ਡੂ ਨੋਟ। ਹੁਣ ਨੈਕਸਟ ਪੈਰਾ ਦੇਖੋ, ਵੀ ਆਲ ਹੈਵ ਕੰਪਨੀ ਮੈਨਰਸ ਐਂਡ ਹੋਮ ਮੈਨਰਸ। ਹੁਣ ਉਹ ਇਹੀ ਗੱਲ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਜਿਹੜੀ ਉਹਨੇ ਆਪਣੀ ਵਾਈਫ ਦੀ ਐਗਜ਼ਾਮਪਲ ਦਿੱਤੀ ਹੈ।
सो ये हूँ थोड़ा अगला मेन पॉइंट है. सो ये दिस इज़ अ वेरी ईजी चैप्टर एक्चुअली. तीन चार उन्हें गल्ला करनी है मेन, तो तुसी उन्होंने जो समझ आओ. पहली गल की सी कि ही इज़ फर्स्ट ऑफ ऑल ही टेल्स अस कि मैं किना सोच के मैं लैक्चर लिखा है. किना सोच के लर्नर्स ऑफ इंग्लिश लैंग्वेज, ठीक है, जेडे दो तरह के होंगे. एक तो जेडे के फॉरेन लर्नर्स है साडे वर्गे, एक केड़े नेटिव लर्नर्स. नेटिव लर्नर्स कौन है, जेडे कि इंग्लैंड के ही रहन वाले जेडे गोरे है, अंग्रेज़ है. सो उन्हां चो भी कहिंदा हो सकता है भी तुसी इंग्लिश सीखना चाहते हो. तो पहली उन्हें गल ये की, दूजी उन्हें फिर की दसिया कि देयर इज़ नो सच थिंग एज़ करैक्ट इंग्लिश, देयर इज़ समथिंग दैट यू मे लर्न एंड इट इज़ पॉसिबल टू लर्न दैट एंड दैट इज़ गुड इंग्लिश. कि गुड इंग्लिश पॉसिबल है पर करैक्ट इंग्लिश पॉसिबल नहीं है वो मुताबिक, ठीक है. फिर ये हो गया. फिर अगे हूँ की गल कर रहे हैं, अगली पॉइंट तुहाडे सामने की रख रहे हैं कि असी घरदियां दे सामने होर तरह गल करते हैं तो बाहरदियां दे सामने होर तरह गल करते हैं. देखो सो यही मेन पॉइंट्स हैं. इट इज़ अ वेरी इंट्रस्टिंग एंड ईजी चैप्टर. देखो इन्हों हूँ, वी ऑल हैव कंपनी मैनर्स एंड होम मैनर्स. सो कहिंदा कि साडे सब दे ही कंपनी मैनर्स, इत्थे दा मतलब की है कि जदों असी किसी बाहरले दी संगत विच हुंदे आ, जदों असी बाहरले लोगों की मौजूदगी साडे मैनर्स बदल जाते. मैनर्स मीनस तौर तरीके. एंड होम मैनर्स साडे घर च साडे तौर तरीके होर हुंदे आ. सब दे इस तरह ही हैगे. तुसीं सोच के देखो इस चीज़ नूं कि साडा उठना बैठना जदों असी बाहरले लोगों के नाल बैठते हैं असी होर तरह बैठते हैं, खास तौर पर जिन्हां दे असी बहुते नेड़े नहीं हैं. देखो हुण वी ऑल हैव कंपनी मैनर्स एंड होम मैनर्स. सो मैं हूँ आही पैरा कर रही हूँ. इफ यू वर टू कॉल ऑन अ स्ट्रेंज फैमिली एंड लिसन थ्रू द की होल. सो कहिंदा जे तुसी किसी दे घर जाओ, उन्होंने तुहानू एक एग्जाम्पल दिती है कि सपोज तुसी किसी इदां दे परिवार दे कोल जा रहे हो जिन्हां नूं तुसी नहीं जानते, कोई काम पै गया तुहानू ते कहिंदा तुसी उत्थे गए. इफ यू वर टू कॉल ऑन अ स्ट्रेंज फैमिली एंड लिसन थ्रू द की होल. सो कहिंदा जे तुसी उत्थे उन्हां दे की होल ते ਤੁਸੀਂ ਕੰਨ ਲਗਾ ਕੇ ਸੁਣਦੇ ਹੋ ਪਹਿਲਾਂ ਕਿ ਉਹ ਕਿੱਦਾਂ ਆਪਸ ਦੇ ਵਿੱਚ ਗੱਲ ਕਰ ਰਹੇ ਹੈ, ਮਤਲਬ ਕਿ ਛੁਪ ਕੇ ਸੁਣਦੇ ਹੋ. ਜੇ ਕਿਸੇ ਸਪੋਜ਼ ਤੁਸੀਂ ਵੀ ਇਮੈਜਿਨ ਕਰੋ ਕਿ ਤੁਸੀਂ ਗਏ ਹੋ ਕਿਤੇ, ਹੁਣ ਉਹ ਪਰਿਵਾਰ ਨੂੰ ਤੁਸੀਂ ਨਹੀਂ ਜਾਣਦੇ, ਤੁਸੀਂ ਪਹਿਲੀ ਵਾਰੀ ਜਾਂ ਦੂਜੀ ਇੱਕ ਵਾਰੀ ਚਲੋ ਮਿਲ ਰਹੇ ਹੋ, ਜਾਣਦੇ ਨਹੀਂ ਚੰਗੀ ਤਰ੍ਹਾਂ ਨਾਲ. ਸੋ ਕਹਿੰਦਾ ਕਿ ਤੁਸੀਂ ਸਟ੍ਰੇਂਜ ਫੈਮਿਲੀ ਤੁਹਾਡੇ ਵਾਸਤੇ ਜਾਣਦੇ ਨਹੀਂ, ਸੋ ਤੁਸੀਂ ਗਏ ਹੋ. ਸੋ ਸਪੋਜ਼ ਤੁਹਾਨੂੰ ਇੱਦਾਂ ਦਾ ਮੌਕਾ ਮਿਲ ਜਾਏ ਕਿ ਪਹਿਲਾਂ ਛੁਪ ਕੇ ਉਹਨਾਂ ਦੀ ਗੱਲ ਸੁਣੋ ਕਿ ਉਹ ਕਿੱਦਾਂ ਆਪਸ 'ਚ ਗੱਲ ਕਰ ਰਹੇ ਹੈ. ਸੋ ਇੱਥੇ ਉਹ ਕੀ ਦੱਸੂਗਾ ਵੀ ਤੁਸੀਂ ਦੇਖੋਗੇ ਜਦੋਂ ਅਸੀਂ ਛੁਪ ਕੇ ਸੁਣਿਆ ਪਹਿਲਾਂ ਜਦੋਂ ਉਹਨਾਂ ਨੂੰ ਨਹੀਂ ਪਤਾ ਸੀ ਕੋਈ ਸੁਣ ਰਿਹਾ ਤਾਂ ਉਹ ਇੱਕ ਦੂਜੇ ਨਾਲ ਹੋਰ ਤਰ੍ਹਾਂ ਗੱਲ ਕਰ ਰਹੇ ਸੀ. ਪਰ ਜਿੱਦਾਂ ਹੀ ਤੁਸੀਂ ਐਂਟਰ ਕਰੋਗੇ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ, ਉਹਨਾਂ ਦਾ ਬੈਠਣ ਦਾ, ਉਹਨਾਂ ਦਾ ਖੜ੍ਹੇ ਹੋਣ ਦਾ, ਉਹਨਾਂ ਦੇ ਤੁਰਨ ਦਾ, ਖਾਣ ਪੀਣ ਦਾ, ਉਹ ਸਾਰੇ ਤਰੀਕੇ ਬਦਲ ਜਾਣਗੇ. ਦੇਖੋ ਇਹਨੂੰ ਹੁਣ. ਸੋ ਇਫ ਯੂ ਵਰ ਟੂ ਕਾਲ ਔਨ ਅ ਸਟ੍ਰੇਂਜ ਫੈਮਿਲੀ ਐਂਡ ਲਿਸਨ ਥਰੂ ਦਾ ਕੀ ਹੋਲ. ਸੋ ਜੇ ਤੁਸੀਂ ਉੱਥੇ ਕੰਨ ਲਗਾ ਕੇ ਸੁਣੋਗੇ ਜਿੱਥੇ ਕਿ ਚਾਬੀ ਲਗਾਉਂਦੇ ਹਾਂ ਆਪਾਂ, ਉੱਥੇ ਕਿਉਂਕਿ ਹੋਲ ਹੁੰਦਾ ਤਾਂ ਤੁਸੀਂ ਸੁਣ ਸਕਦੇ ਹੋ. ਨੋਟ ਦੈਟ ਆਈ ਵੁੱਡ ਸੁਜੈਸਟ ਫੋਰ ਅ ਮੂਮੈਂਟ ਦੈਟ ਯੂ ਆਰ ਕੇਪੇਬਲ ਆਫ ਡੂਇੰਗ ਸੱਚ ਅ ਵੈਰੀ ਅਨਲੇਡੀ ਲਾਈਕ ਔਰ ਅਨਜੈਂਟਲਮੈਨ ਲਾਈਕ ਥਿੰਗ, ਬਟ ਸਟਿਲ. ਸੋ ਕਹਿੰਦਾ ਇਹ ਤਾਂ ਚਲੋ ਮੈਂ ਕਹਿੰਦਾ ਕਿ ਇੱਦਾਂ ਤਾਂ ਸੁਣਨਾ ਤਾਂ ਨਹੀਂ ਚਾਹੀਦਾ, ਠੀਕ ਹੈ, ਨੈਚੁਰਲੀ ਤੁਸੀਂ ਵੀ ਨਹੀਂ ਸੁਣਦੇ ਹੋਵੋਗੇ. ਸੋ ਸਭ ਤੋਂ ਮਾੜੀ ਚੀਜ਼ ਕਿਹੜੀ ਮੰਨੀ ਜਾਂਦੀ ਹੈ, ਕਿਸੇ ਦੀਆਂ ਗੱਲਾਂ ਨੂੰ ਛੁਪ ਕੇ ਸੁਣਨਾ. ਸੋ ਇਹ ਬਹੁਤ ਹੀ ਇੱਕ ਬਦਤਮੀਜ਼ੀ ਵਾਲੀ ਔਰ ਮੈਨਰਸ ਦੇ ਖਿਲਾਫ ਗੱਲ ਮੰਨੀ ਜਾਂਦੀ ਹੈ ਕਿ ਕਿਸੇ ਨੂੰ ਛੁਪ ਕੇ ਸੁਣਨਾ. ਕਹਿੰਦਾ ਚਲੋ ਸੁਣਦੇ ਤਾਂ ਨਹੀਂ ਹੋਵੋਗੇ, ਪਰ ਚਲੋ ਇੱਕ ਵਾਰੀ ਜੇ ਤੁਸੀਂ ਸੁਣ ਕੇ ਦੇਖੋਗੇ ਇਹ ਐਕਸਪੈਰੀਮੈਂਟ ਕਰਨ ਵਾਸਤੇ ਤਾਂ ਤੁਸੀਂ ਕੀ ਪਾਓਗੇ. ਬਟ ਸਟਿਲ ਇਫ ਇਨ ਯੋਰ ਐਂਥੂਜ਼ਿਆਜ਼ਮ ਫੋਰ ਸਟੱਡਿੰਗ ਲੈਂਗੁਏਜਿਸ ਯੂ ਕੁੱਡ ਬ੍ਰਿੰਗ ਯੋਰ ਸੈਲਫ ਟੂ ਡੂ ਇਟ ਜਸਟ ਫੋਰ ਅ ਫਿਊ ਸੈਕਿੰਡਸ ਟੂ ਹੀਅਰ ਲਿਸਨਿੰਗ ਟੂ ਦੈਮ ਐਂਡ ਦੈਨ ਵਾਕ ਇਨ ਟੂ ਦਾ ਰੂਮ ਐਂਡ ਹੀਅਰ ਹਾਓ ਵੈਰੀ ਡਿਫਰੈਂਟਲੀ ਦੇ ਸਪੀਕ ਇਨ ਯੋਰ ਪ੍ਰੈਜੈਂਸ ਦ ਚੇਂਜ ਵੁੱਡ ਸਰਪ੍ਰਾਈਜ਼ ਯੂ. ਸੋ ਕਹਿੰਦਾ ਵੈਸੇ ਤਾਂ ਚੰਗੀ ਗੱਲ ਨਹੀਂ ਹੁੰਦੀ ਕਿਸੇ ਦੀ ਗੱਲ ਨੂੰ ਛੁਪ ਕੇ ਸੁਣਨਾ, ਪਰ ਕਹਿੰਦਾ ਚਲੋ ਤੁਸੀਂ ਜੇ ਸਪੋਜ਼ ਬੜੇ ਜੋਸ਼ ਵਿੱਚੋਂ ਅਤੇ ਤੁਸੀਂ ਮੇਰੀ ਇਸ ਗੱਲ ਨੂੰ ਅਜ਼ਮਾਉਣਾ ਚਾਹੁੰਦੇ ਹੋ ਤਾਂ ਕਹਿੰਦਾ ਤੁਸੀਂ ਕਰਕੇ ਦੇਖ ਲਓ ਕਿ ਜਦੋਂ ਤੁਸੀਂ ਪਹਿਲਾਂ ਛੁਪ ਕੇ ਸੁਣ ਰਹੇ ਸੀਗੇ ਤਾਂ ਉਹਨਾਂ ਦੀ ਜਿਹੜੀ ਸੀਗੀ ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਬਿਲਕੁਲ ਹੋਰ ਸੀਗਾ, ਪਰ ਜਿੱਦਾਂ ਹੀ ਤੁਸੀਂ ਕਮਰੇ ਦੇ ਅੰਦਰ ਐਂਟਰ ਕੀਤੇ ਤਾਂ ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਜਿਹੜਾ ਸੀ ਉਹ ਬਿਲਕੁਲ ਹੀ ਬਦਲ ਗਿਆ. ਸੋ ਬਸ ਮੈਂ ਆਉਂਦੀ ਫਿਰ ਆ ਜਾਂਦੀ. ਦ ਚੇਂਜ ਵੁੱਡ ਸਰਪ੍ਰਾਈਜ਼ ਯੂ ਈਵਨ ਵੈਨ ਆਵਰ ਹੋਮ ਮੈਨਰਸ ਆਰ ਐਜ਼ ਗੁੱਡ ਐਜ਼ ਆਵਰ ਕੰਪਨੀ ਮੈਨਰਸ ਐਂਡ ਅਫਕੋਰਸ ਦੇ ਆਟ ਟੂ ਬੀ ਮੱਚ ਬੈਟਰ ਦੇ ਆਰ ਆਲਵੇਜ਼ ਡਿਫਰੈਂਟ ਐਂਡ ਦ ਡਿਫਰੈਂਸ ਇਜ਼ ਗ੍ਰੇਟਰ ਇਨ ਸਪੀਚ ਦੈਨ ਇਨ ਐਨੀਥਿੰਗ ਐਲਸ. ਸੋ ਕੀ ਕਹਿੰਦਾ ਕਿ ਸਾਡੇ ਹੋਮ ਮੈਨਰਸ ਬੇਸ਼ੱਕ ਚੰਗੇ ਵੀ ਹੋਣ,
ਅਸੀਂ ਕਹਿ ਸਕਦੇ ਹਾਂ ਸਪੋਜ਼ ਹੁਣ ਜਿੱਦਾਂ ਆਮ ਤੌਰ 'ਤੇ ਤਾਂ ਜਿੱਦਾਂ ਬ੍ਰਦਰ ਸਿਸਟਰਸ ਉਹ ਲੜਦੇ ਹੈਗੇ ਆ, ਪਰ ਕਈ ਘਰਾਂ ਦੇ ਵਿੱਚ ਜਿੱਦਾਂ ਬਹੁਤ ਤਮੀਜ਼ ਸਿਖਾਈ ਜਾਂਦੀ ਹੈ ਔਰ ਸਿਖਾਉਣੀ ਵੀ ਚਾਹੀਦੀ ਹੈ ਕਿ ਬ੍ਰਦਰ ਸਿਸਟਰਸ ਆਪਸ 'ਚ ਬੜੇ ਤਮੀਜ਼ ਨਾਲ ਗੱਲ ਕਰਦੇ ਆ, ਪਰ ਕਹਿੰਦਾ ਕਿ ਬੇਸ਼ੱਕ ਜਿੰਨੀ ਮਰਜ਼ੀ ਤੁਸੀਂ ਤਮੀਜ਼ ਨਾਲ ਗੱਲ ਕਰਦੇ ਹੋ ਆਪਣੇ ਘਰ, ਪਰ ਫਿਰ ਵੀ ਤੁਹਾਡਾ ਜਿਹੜਾ ਗੱਲਬਾਤ ਕਰਨ ਦਾ ਤਰੀਕਾ ਹੈ ਉਹ ਕੀ ਹੈ, ਉਹ ਡਿਫਰੈਂਟ ਹੁੰਦਾ ਹੀ ਹੈ ਜੋ ਮਰਜ਼ੀ ਕਰ ਲਓ। ਔਰ ਗੱਲਬਾਤ ਕਰਨ ਦਾ ਵੀ ਤਾਂ ਹਰ ਤਰ੍ਹਾਂ ਦਾ ਮੈਨਰਸ, ਮਤਲਬ ਤੌਰ ਤਰੀਕੇ ਬੋਲਣ ਦਾ, ਖਾਣ ਦਾ, ਬੈਠਣ ਦਾ, ਉੱਠਣ ਦਾ, ਉਹ ਕਹਿੰਦਾ ਕਿ ਸਾਰੇ ਤੁਹਾਡੇ ਜਿਹੜੇ ਤੌਰ ਤਰੀਕੇ ਹੁੰਦੇ ਆ ਹੋਰ ਹੀ ਹੁੰਦੇ ਆ। ਐਂਡ ਦਾ ਡਿਫਰੈਂਸ ਇਜ਼ ਗ੍ਰੇਟਰ ਇਨ ਸਪੀਚ ਦੈਨ ਇਨ ਐਨੀਥਿੰਗ ਐਲਸ। ਔਰ ਸਭ ਤੋਂ ਜ਼ਿਆਦਾ ਇਹ ਫਰਕ ਕਿੱਥੇ ਨਜ਼ਰ ਆਉਂਦਾ? ਬੋਲਣ 'ਚ। ਬਾਕੀਆਂ 'ਚ ਵੀ ਹੈਗਾ, ਉਹ ਕਹਿੰਦਾ ਜਿੱਦਾਂ ਖੜ੍ਹੇ ਹੋਣ ਦਾ ਤਰੀਕਾ ਹੋ ਗਿਆ, ਬੈਠਣ ਦਾ ਹੋ ਗਿਆ, ਕਿਸੇ ਵੀ ਤਰ੍ਹਾਂ ਦੇ ਤਰੀਕੇ, ਕਹਿੰਦਾ ਹਰ ਇੱਕ ਤਰੀਕਾ ਬਦਲ ਜਾਂਦਾ ਜਦੋਂ ਤੁਸੀਂ ਕੰਪਨੀ 'ਚ ਹੁੰਦੇ ਹੋ। ਪਰ ਸਭ ਤੋਂ ਜ਼ਿਆਦਾ ਇਹ ਨੋਟਿਸ ਕਿੱਥੇ ਹੁੰਦਾ, ਸਭ ਤੋਂ ਜ਼ਿਆਦਾ ਫਰਕ ਕਾਹਦੇ 'ਚ ਆਉਂਦਾ? ਬੋਲਣ ਦੇ ਤਰੀਕੇ ਵਿੱਚ, ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਉਹਦੇ ਵਿੱਚ ਸਭ ਤੋਂ ਜ਼ਿਆਦਾ ਫਰਕ ਆਉਂਦਾ। ਸਪੋਜ਼ ਆਈ ਫੋਰਗੋਟ ਟੂ ਵਾਈਂਡ ਮਾਈ ਵਾਚ ਐਂਡ ਇਟ ਸਟੋਪਸ, ਸੋ ਫਿਰ ਆਪਣੇ ਫਿਰ ਕਰ ਦਿੰਦਾ ਕਿ ਸਪੋਜ਼ ਰਾਤ ਨੂੰ ਮੈਨੂੰ ਘੜੀ ਨੂੰ ਚਾਬੀ ਦੇਣੀ ਭੁੱਲ ਗਈ। ਹੁਣ ਇਹ ਤੁਹਾਨੂੰ ਨਹੀਂ ਪਤਾ ਹੋਣਾ ਕਿਉਂਕਿ ਤੁਹਾਡੇ ਘਰ ਤੁਸੀਂ ਕਿੱਦਾਂ ਦੀਆਂ ਘੜੀਆਂ ਨੂੰ ਹੈਂਡਲ ਕਰਦੇ ਹੋ ਜਿਹੜੀਆਂ ਕਿ ਸੈੱਲ ਨਾਲ ਚੱਲਦੀਆਂ, ਉਹਨਾਂ ਨੂੰ ਚਾਬੀ ਦੇਣ ਦੀ ਲੋੜ ਨਹੀਂ ਹੈ। ਪਰ ਤੁਹਾਡੇ ਪੇਰੈਂਟਸ ਨੂੰ ਪਤਾ ਹੋਣਾ ਕਿ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਸਕੂਲ ਡੇਜ਼ ਦੇ ਵਿੱਚ, ਕਾਲਜ ਡੇਜ਼ ਦੇ ਵਿੱਚ ਉਹ ਜਿਹੜੀਆਂ ਵਾਚਿਸ ਬੰਨਦੇ ਸੀਗੇ ਉਹਨਾਂ ਨੂੰ ਕੀ ਦਿੱਤੀ ਜਾਂਦੀ ਸੀ, ਉਹ ਵਾਈਂਡ ਕਰਦੇ ਸੀ, ਚਾਬੀ ਦਿੰਦੇ ਸੀ। ਈਵਨ ਜਿਹੜੀ ਤੁਸੀਂ ਤੁਹਾਡੇ ਟਾਈਮ ਪੀਸ ਪਏ, ਜੇ ਕੋਈ ਪੁਰਾਣਾ ਘਰ 'ਚ ਪਿਆ ਹੋਇਆ ਉਹਦੇ ਵਿੱਚ ਵੀ ਉਹਨੂੰ ਕੀ ਕਰਦੇ ਆ, ਪਹਿਲਾਂ ਉਹਨੂੰ ਰਾਤ ਨੂੰ ਚਾਬੀ ਦਿਆ ਕਰਦੇ ਸੀਗੇ, ਔਰ ਫਿਰ ਉਹ ਸਾਰਾ ਦਿਨ ਘੜੀ ਚੱਲਦੀ ਸੀ, ਫਿਰ ਰਾਤ ਨੂੰ ਤੁਸੀਂ ਫਿਰ ਚਾਬੀ ਦਿੱਤੀ। ਹੁਣ ਜੇ ਤੁਸੀਂ ਕਿਸੇ ਵੇਲੇ ਉਹਨੂੰ ਘੜੀ ਨੂੰ ਵਾਈਂਡ ਕਰਨਾ ਭੁੱਲ ਗਏ, ਚਾਬੀ ਦੇਣਾ ਭੁੱਲ ਗਏ, ਤਾਂ ਕੀ ਹੋਊਗਾ? ਅਤੇ ਫਿਰ ਤੁਸੀਂ ਜੇ ਸਪੋਜ਼ ਉਹ ਕੀ ਕਹਿੰਦਾ ਕਿ ਜੇ ਮੈਂ ਹੁਣ ਜਿੱਦਾਂ ਉਹਦੇ ਕੋਲ ਜਿਹੜੀ ਘੜੀ ਹੈ ਉਹ ਪੁਰਾਣੇ ਟਾਈਮਸ ਦੀ ਹੈ, ਕਿਹੜੀ ਹੈ ਜਿਹੜੀ ਚਾਬੀ ਦਿੱਤੀ ਜਾਂਦੀ, ਕਹਿੰਦਾ ਜੇ ਮੈਂ ਰਾਤ ਨੂੰ ਭੁੱਲ ਗਿਆ ਤਾਂ ਫਿਰ ਘੜੀ ਕੀ ਹੋ ਜਾਊਗੀ? ਸਪੋਜ਼ ਕਹਿੰਦਾ ਰੁਕ ਗਈ, ਦੈਨ ਆਈ ਹੈਵ ਟੂ ਆਸਕ ਸੰਬਡੀ ਟੂ ਟੈਲ ਮੀ ਦਾ ਟਾਈਮ। ਸੋ ਕਹਿੰਦਾ ਕਿ ਮੈਂ ਫਿਰ ਕਿਸੇ ਨੂੰ ਪੁੱਛਣਾ ਹੋਵੇ ਜੇ ਟਾਈਮ। ਇਫ ਆਈ ਆਸਕ ਅ ਸਟਰੇਂਜਰ ਆਈ ਸੇ ਵਾਟ ਅ ਕਲੋਕ ਇਜ਼ ਇਟ। ਸੋ ਕੀ ਕਹਿੰਦਾ ਕਿ ਮੈਂ ਫਿਰ ਕੀ ਪੁੱਛੂੰਗਾ ਕਿ ਕਿੰਨਾ ਟਾਈਮ ਹੋਇਆ? ਹਾਂ ਬਸ ਮੇਰਾ ਵੀ 2 ਮਿੰਟ ਦਾ, 2 ਮਿੰਟ ਮੈਂ ਉੱਥੇ ਆ ਜਾਂਦੀ। ਵਾਟ ਅ ਕਲੋਕ ਇਜ਼ ਇਟ, ਦਾ ਸਟਰੇਂਜਰ ਹੀਅਰਸ ਐਵਰੀ ਸਿਲੇਬਲ ਡਿਸਟਿੰਕਟਲੀ। ਸੋ ਕਹਿੰਦਾ ਜੇ ਮੈਂ ਆਵਾਂ ਤਾਂ ਮੈਂ ਕੀ ਕਹੂੰਗਾ, ਕਿਸੇ ਸਟਰੇਂਜਰ ਨੂੰ ਪੁੱਛੂੰਗਾ ਤਾਂ ਮੈਂ ਕੀ ਕਹੂੰਗਾ ਕਿ ਟਾਈਮ ਕਿੰਨਾ ਹੋਇਆ? ਬਟ ਇਫ ਆਈ ਆਸਕ ਮਾਈ ਵਾਈਫ ਆਲ ਸ਼ੀ ਹੀਅਰਸ ਇਜ਼ ਕਲੋਕ ਸੈਟ, ਕਿ ਜੇ ਮੈਂ ਆਪਣੀ ਵਾਈਫ ਨੂੰ ਪੁੱਛੂੰਗਾ ਤਾਂ ਬੜੀ ਕੇਅਰਲੈਸਲੀ ਪੁੱਛੂੰਗਾ। ਦੈਟ ਇਜ਼ ਗੁੱਡ ਇਨਫ ਫੋਰ ਹਰ ਬਟ ਇਟ ਵੁੱਡ ਨੋਟ ਬੀ ਗੁੱਡ ਇਨਫ ਫੋਰ ਯੂ, ਸੋ ਆਈ ਐਮ ਸਪੀਕਿੰਗ ਟੂ ਯੂ ਨਾਓ ਮੱਚ ਮੋਰ ਕੇਅਰਫੁਲੀ ਦੈਨ ਆਈ ਸਪੀਕ ਟੂ ਹਰ, ਬਟ ਪਲੀਜ਼ ਡੋਂਟ ਟੈਲ ਹਰ। ਸੋ ਕਹਿੰਦਾ ਮੈਂ ਹੁਣ ਤੁਹਾਡੇ ਨਾਲ ਬੜੀ ਕੇਅਰਫੁਲੀ ਗੱਲ ਕਰ ਰਿਹਾ, ਉਹਦੇ ਨਾਲ ਕਦੀ ਵੀ ਨਹੀਂ ਮੈਂ ਇੰਨੀ ਕੇਅਰਫੁਲੀ ਕੀਤੀ, ਪਰ ਉਹਨੂੰ ਨਾ ਦੱਸਿਓ ਨਹੀਂ ਤਾਂ ਘਰ 'ਚ ਝਗੜਾ ਹੋਏਗਾ। ਸੋ ਮੈਂ ਹੁਣ ਇੱਥੇ ਖਤਮ ਕਰਦੀ ਹਾਂ, ਅਗਲਾ ਫਿਰ ਮੈਂ ਤੁਹਾਡਾ ਆਈ ਵਿਲ ਅਗੇਨ ਸਟਾਰਟ ਐਂਡ ਆਈ ਹੋਪ ਯੂ ਆਰ ਫੋਲੋਇੰਗ ਵਾਟ ਵੀ ਆਰ ਡੂਇੰਗ। ਸੋ ਆਈ ਮੇਕ ਐਨ ਐਂਡ ਹੀਅਰ ਐਂਡ ਵੀਲ ਕੰਟੀਨਿਊ ਇਟ